ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਤੋਂ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਰਾ ਦੇ ਪਰਿਵਾਰ ਵੱਲੋਂ ਵੱਡਾ ਖੁਲਾਸਾ ਹੈ ਜੀ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਸਾਂਝਾ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਰਾ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਉਸ ਦੇ ਪਰਿਵਾਰ ਨੇ ਬਟਾਲਾ ਦੇ ਵਿੱਚ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੱਡੇ ਖੁਲਾਸੇ ਕੀਤੇ ਪੱਤਰਕਾਰਾਂ ਨੇ ਗੱਲ ਕਰਦਿਆਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਿਪਟੀ ਵੋਰਾ ਦੇ ਮਾਤਾ ਚੰਦਕੌਰ ਨੇ ਕਿਹਾ ਹੈ ਕਿ ਮੈਨੂੰ ਪੁੱਤ ਦੀ ਮੌਤ ਦਾ ਪਤਾ ਲੱਗਾ ਮੈਂ ਹਸਪਤਾਲ ਚ ਉਸਦੀ Laash ਨੂੰ ਦੇਖਿਆ ਉਸ ਵੇਲੇ ਉਸਦੇ ਸਿਰ ਤੇ ਸੱਟ ਲੱਗੀ ਹੋਈ ਸੀ। ਉਹਨਾਂ ਨੇ ਦੱਸਿਆ ਕਿ ਜਿਸ ਦਿਨ ਡਿਪਟੀ ਬੋਰਾ ਦਾ ਐਕਸੀਡੈਂਟ ਹੋਇਆ ਉਹ ਆਪਣੇ ਕੋਲੇ ਲਾਇਸੈਂਸੀ ਪਿਸਤਲ ਲੈ ਕੇ ਗਿਆ ਸੀ ਪਰ ਉਸਦਾ ਪਿਸਤੌਲ ਕਾਰ ਦੇ ਵਿੱਚੋਂ ਨਹੀਂ ਮਿਲਿਆ। ਡਿਪਟੀ ਬੋਰਾ ਦੇ ਪ੍ਰਾਜਨ ਬੋਰਾ ਨੇ ਗੱਲ ਕਰਦਿਆਂ ਕਿਹਾ ਕਿ ਇੱਕ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਜਾਂਚ ਪੂਰੀ ਨਹੀਂ ਕੀਤੀ ਗਈ ਤੇ ਨਾ ਹੀ ਇਹ ਸਾਹਮਣੇ ਆਇਆ ਕਿ ਡਿਪਟੀ ਬੋਰਾ ਦੀ ਪਿਸਤਲ ਕਿੱਥੇ ਹੈ ਪ੍ਰਸ਼ਾਸਨ ਤੂੰ ਸਵਾਲ ਉਨ੍ਹਾਂ ਨੇ ਕੀਤੇ ਨੇ ਪਿਸਤਲ ਨਾ ਮਿਲਣ ਦਾ ਕੀ ਕਾਰਨ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਤੁਰਕੀ ਦੇ ਵਿੱਚ ਆਏ ਪੂਚਾਲ ਨੇ ਵਿਦਾਈ ਪੰਜਾਬ ਦੇ ਚਿੰਤਾ ਸੂਬੇ ਦੇ ਇਹਨਾਂ ਜ਼ਿਲ੍ਹਿਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਤੁਰਕੀ ਅਤੇ ਸੀਰੀਆ ਦੇ ਵਿੱਚ। ਸੋਮਵਾਰ ਮੰਗਲਵਾਰ ਨੂੰ ਆਏ ਜ਼ਬਰਦਸਤ ਪੂਚਾਲ ਨੇ 4000 ਤੋਂ ਵੱਧ ਜਾਨਾਂ ਲੈ ਲਗੀਆਂ ਨੇ ਹੁਣ ਤੱਕ ਗਿਣਤੀ 12000 ਤੇ ਕਰੀਬ ਪੁੱਜ ਚੁੱਕੀ ਹੈ ਜਿਸ ਦੇ ਵਿੱਚ ਜ਼ਖਮੀ ਵੀ ਬਹੁਤ ਗੰਭੀਰ ਹਾਲਤ ਦੇ ਵਿੱਚ ਨੇ ਗਿਣਤੀ ਹੋਰ ਵਦਨ ਦੇ ਅਸਾਰ ਦਿਖਾਈ ਦੇ ਰਹੇ ਨੇ ਉਥੇ ਹੀ ਵੱਡੇ ਪੱਧਰ ਤੇ ਸਪੁਤਾਲ ਨੇ ਤਬਾਈ ਮਚਾ ਰੱਖੀ ਹੈ ਜੀ ਪੁਚਾਲ ਨੇ ਭਾਰਤ ਦੇ ਨਾਲ-ਨਾਲ ਪੰਜਾਬ ਦੀ ਚਿੰਤਾ ਨੂੰ ਬੇਹੱਦ ਵਧਾ ਦਿੱਤਾ ਇਸ ਦਾ ਗਾਰਨਾ ਹੈ ਕਿ ਸੂਬੇ ਦਾ ਅੱਧਾ ਹਿੱਸਾ ਪੁਚਾਲ ਦੇ ਸਭ ਤੋਂ ਵੱਧ ਖਤਰੇ ਵਾਲੇ ਜ਼ੋਨ 4 ਦੇ ਵਿੱਚ ਆਉਂਦਾ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਜੋਖਮ ਵਾਲੇ ਜ਼ੋਨ ਚੂ ਆਉਣ ਵਾਲੇ ਜ਼ਿਲ੍ਹਿਆਂ ਚੋਂ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਗੁਰਦਾਸਪੁਰ ਪਠਾਨਕੋਟ ਜਲੰਧਰ ਹਸ਼ਿਆਰਪੁਰ ਲੁਧਿਆਣਾ ਨਾਵਾਸ਼ਹਿਰ ਰੂਪੜ ਮੋਹਾਲੀ ਫਤਿਹਗੜ੍ਹ ਸਾਹਿਬ ਸ਼ਾਮਲ ਹਨ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੋਗਾ ਬਠਿੰਡਾ ਮੁਕਸਰ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਡਲਾ ਤੇ ਪਟਿਆਲਾ ਦਰਮਿਆਨੇ ਨੁਕਸਾਨ ਦੇ ਜੋਖਮ ਵਾਲੇ ਖੇਤਰ ਦੇ ਵਿੱਚ ਆਉਂਦੇ ਹਨ ਵੱਡੀ ਖਬਰ ਹੈ ਪੰਜਾਬ ਸਰਕਾਰ ਦੇ ਵੱਲੋਂ ਨਾਇਬ ਤਹਿਸੀਲਦਾਰ ਭਰਤੀ ਨੋਟਿਸ ਰੱਦ ਵਿਵਾਦਿਤ ਨਾਇਬ ਤਹਿਸੀਲਦਾਰ ਭਰਤੀ ਦਾ ਨੋਟਿਸ ਪੰਜਾਬ ਸਰਕਾਰ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਇਸ ਬਾਰੇ ਸਰਕਾਰ ਦੇ ਵਕੀਲ ਵੱਲੋਂ ਹਾਈ ਕੋਰਟ ਵਿੱਚ ਜਾਣਕਾਰੀ ਦਿੱਤੀ ਗਈ ਆ ਭਰਤੀ ਨੋਟਿਸ ਰੱਦ ਸਰਕਾਰ ਦੇ ਵਕੀਲ ਨੇ ਕਿਹਾ ਕਿ 12 ਦਸੰਬਰ 2020 ਦੇ ਭਰਤੀ ਨੋਟਿਸ ਦੇ ਅਨੁਸਾਰ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ 20 ਜਨਵਰੀ 2000 23 ਦੇ ਫੈਸਲੇ ਅਨੁਸਾਰ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਇਸ ਦੇ ਨਾਲ ਹੀ ਪਟੀਸ਼ਨ ਦੀ ਨੁਮਾਇੰਦਗੀ ਕਰਨ ਵਾਲੀ ਸੀਨੀਅਰ ਵਕੀਲ ਨੇ ਕਿਹਾ ਕਿ ਪਟੀਸ਼ਨ ਕਰਤਾ ਨੂੰ ਆਪਣੇ ਉਪਾਦ ਦਾ ਲਾਭ ਲੈਣ ਲਈ ਰੈਟ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਕੋਰਟ ਨੇ ਦਿੱਤੀ ਹੈ 2024 ਚ ਕਾਂਗਰਸ ਨਹੀਂ ਇੰਨਾ ਤੋਂ ਮਿਲੇਗੀ ਭਾਜਪਾ ਨੂੰ ਸਖਤ ਟੱਕਰ ਤਾਜ਼ਾ ਸਰਵੇਖਣ ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਨੇ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸੱਤਾਧਾਰੀ ਭਾਜਪਾ ਇੱਕ ਵਾਰ ਫਿਰ ਜਿੱਤ ਲਈ ਵਰਕਰਾਂ ਵਿੱਚ ਜੋਸ਼ ਭਰ ਰਹੀ ਹੈ ਇਸ ਦੇ ਨਾਲ ਕਾਂਗਰਸ ਵੀ ਜ਼ਮੀਨ ਤੇ ਕੰਮ ਕਰ ਰਹੀ ਹੈ ਜੇ ਇੱਕ ਤਾਜ਼ਾ ਸਰਵੇਖਣ ਸਾਹਮਣੇ ਆਇਆ ਜਿਸ ਤੋਂ ਪਤਾ ਲੱਗਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਾਂਗਰਸ ਤੋਂ ਇਲਾਵਾ ਹੋਰ ਪਾਰਟੀਆਂ ਨਾਲ ਸਖਤ ਟੱਕਰ ਮਿਲਣ ਵਾਲੀ ਹੈ ਭਾਜਪਾ ਕਾਂਗਰਸ ਭਾਜਪਾ ਤੋਂ ਕਾਫੀ ਪਿੱਛੇ ਹੈ ਜੇਕਰ ਦੂਜੀਆਂ ਪਾਰਟੀਆਂ ਦੇ ਨਜ਼ਰ ਮਾਰੀਏ ਤਾਂ ਭਾਜਪਾ ਦੇ ਬਰਾਬਰ ਪਹੁੰਚ ਰਹੀਆਂ ਨੇ ਕੁੱਲ ਬੋਟਾਂ 'ਚ 22% ਬੋਟਾਂ ਕਾਂਗਰਸ ਨੂੰ ਮਿਲੀਆਂ ਜਦਕਿ 39-39% ਬੋਟਾਂ ਭਾਜਪਾ ਤੇ ਹੋਰ ਨਾ ਪਾਰਟੀਆਂ ਨੂੰ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਅੱਜ ਦੇਸ਼ ਹਰ ਖੇਤਰ ਦੇ ਵਿੱਚ ਤਰੱਕੀ ਕਰ ਰਿਹਾ ਕਈਆਂ ਨੂੰ ਇਹ ਹਾਜ਼ਮ ਨਹੀਂ ਹੋ ਰਿਹਾ ਪੀਐਮ ਮੋਦੀ ਦਾ ਵੱਡਾ ਬਿਆਨ ਆ ਦੋਸਤੋ ਜੇਕਰ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਲਿਖ ਸਕਦੇ ਹੋ ਨਹੀਂ ਤਾਂ ਨੋ ਵੀ ਲਿਖ ਸਕਦੇ ਹੋ ਲੋਕ ਸਭਾ 'ਚ ਰਾਸ਼ਟਰਪਤੀ ਦਰੋਮਦੀ ਮਰਮੂ ਦੇ ਪਾਸ਼ਣ ਦੇ ਧੰਨਵਾਦ ਮਤੇ ਤੇ ਚਰਚਾ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਪਾਸ਼ਣ 'ਚ ਜੋ ਗੱਲਾਂ ਹਨ ਉਹ ਪੂਰੇ 140 ਕਰੋੜ ਲੋਕਾਂ ਦੀ ਜਸ਼ਨ ਦਾ ਵਿਸ਼ਾ ਨੇ ਚੁਣੌਤੀਆਂ ਦੀ ਕੀ ਗੱਲ ਉਹ ਆ ਜੇ 140 ਕਰੋੜ ਲੋਕਾਂ ਦਾ ਸੰਕਲਪ ਵੱਡਾ ਬਹੁਤ ਸਾਰੇ ਦੇਸ਼ਾਂ ਚੋਂ ਭਾਰੀ ਮੰਗਿਆਈ ਹੈ ਖਾਣ ਪੀਣ ਦਾ ਸੰਕਟ ਹੈ ਸਾਡੇ ਗੁਆਣ ਦੇ ਵਿੱਚ ਵੀ ਸਮੱਸਿਆਵਾਂ ਹਨ ਜਿਸ ਸਥਿਤੀ ਚ ਭਾਰਤੀਆਂ ਨੂੰ ਮਾਣ ਕਿਉਂ ਨਹੀਂ ਹੋਣਾ ਚਾਹੀਦਾ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹਾਂ ਭਾਰਤ ਦੇ ਵਿੱਚ ਸਕਾਰਾਤਮਕਤਾ ਦਾ ਮਾਹੌਲ ਹੈ ਤੇ ਇਸ ਦੇ ਪਿੱਛੇ ਸਰਕਾਰ ਦਾ ਹੱਥ ਹੈ ਜੋ ਦੇਸ਼ ਦੇ ਹਿੱਤ ਵਿੱਚ ਫੈਸਲੇ ਲੈਣ ਦੇ ਲਈ ਤਿਆਰ ਹੈ ਪੀਐਮ મોદી ਨੇ ਵਿਰੋਧੀ ਪਾਰਟੀਆਂ ਤੇ ਵੀ ਹਮਲਾ ਬੋਲਿਆ ਹੈ। ਦੇਸ਼ ਸਟਾਰਟਅੱਪ ਦੇ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ। ਅਜ ਦੇਸ਼ 'ਚ 109 ਯੂਨੀਕੌਰਨ ਬਣ ਚੁੱਕੇ ਨੇ। ਕਾਕਾ ਹਾਥਰਾਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੋ ਕੁਝ ਸੋਚਦਾ ਏ ਉਹੀ ਦਿਖੇਗਾ। ਕੁਝ ਲੋਕ ਨਿਰਾਸ਼ਾ ਨੇ, ਨਿਰਾਸ਼ ਵੀ ਇੰਜ ਨਹੀਂ। ਇੱਕ ਤਾਂ ਜਨਤਾ ਦਾ ਹੁਕਮ ਹੈ, ਮੋੜ-ਮੋੜ ਹੁਕਮ ਹੈ। ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੁਣ ਨਰਸਰੀ ਤੋਂ 12ਵੀਂ ਜਮਾਤ ਤੱਕ ਪੰਜਾਬੀ ਦੀ ਪੜ੍ਹਾਈ ਹੋਵੇਗੀ। ਲਾਜ਼ਮੀ ਸੋ ਬਿਗ ब्रेकिंग न्यूज़ निकल के सामने आ रही है जी पंजाब सरकार ਦੇ ਵੱਲੋਂ ਪੰਜਾਬੀ ਮਾਂ ਬੋਲੀ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਇਸ ਦਾ ਖੁਲਾਸਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਰਸਰੀ ਤੋਂ 12ਵੀਂ ਜਮਾਤ ਤੱਕ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੰਜਾਬ ਰਾਜ ਭਾਸ਼ਾ ਐਕਟ ਦੇ ਵਿੱਚ ਇਸ ਸੰਬੰਧੀ ਲੋੜੀਂਦੀ ਸੋਧ ਕੀਤੀ ਜਾਵੇਗੀ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਨ ਦੇ ਵੱਲੋਂ ਕੋ ਮੰਤਰੀ ਮਾਂ ਬੋਲੀ ਦਿਹਾੜੇ ਦੇ ਮੱਦੇਨਜ਼ਰ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਨੂੰ ਲੈ ਕੇ ਵਿਚਾਰ ਚਰਚਾ ਕਰਨ ਲਈ ਮੀਟਿੰਗ ਕੀਤੀ ਗਈ ਇਸ ਮੀਟਿੰਗ ਮਗਰੋਂ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕੀਤੀ ਹੋਈ ਹੈ ਇਸ ਦੇ ਨਾਲ ਹੀ ਹੁਣ ਨਰਸਰੀ ਕਲਾਸਾਂ ਤੋਂ ਪੰਜਾਬੀ ਲਾਜ਼ਮੀ ਕਰਨ ਲਈ ਵਿਧਾਨ ਸਭਾ ਸੈਸ਼ਨ ਵਿੱਚ ਰਾਜ ਭਾਸ਼ਾ ਐਕਟ ਦੇ ਵਿੱਚ ਉਹ ਲੜਿੰਦੀ ਸੋਧ ਕਰ ਦਿੱਤੀ ਜਾਵੇਗੀ ਪਾਸਪੋਰਟ ਅਪਲਾਈ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਹੈ ਜੀ ਪਾਸਪੋਰਟ ਅਫਸਰ ਅਮਰਤੋ ਸਰ ਨੇ ਪਾਸਪੋਰਟ ਸੇਵਾ ਲਈ ਡਿਜੀ ਲੋਕਰ ਤੋਂ ਦਸਤਾਵੇਜ਼ ਦਿਖਾਉਣ ਬਾਰੇ ਸ਼ੰਕਿਆਂ ਨੂੰ ਸਪਸ਼ਟ ਕੀਤਾ ਬਿਨੇਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਰਜੀ ਫਾਰਮ ਭਰਨ ਸਮੇਂ ਡਿਜੀ ਲੋਕਰ ਦਸਤਾਵੇਜ਼ਾਂ ਤੋਂ ਜ਼ਰੂਰੀ ਦਸਤਾਵੇਜ਼ਾਂ ਅਪਲੋਡ ਕਰਨ ਦੀ ਚੋਣ ਕਰਕੇ ਡਿਜੀਟਲ ਸਕੀਮ ਦਾ ਪੂਰਾ ਲਾਭ ਲੈਣ ਪਾਸਪੋਰਟ ਅਫਸਰ ਅਮਰਤੋ ਸਰ ਅਨੁਕੀਸ਼ੀਲ ਨੇ ਦੱਸਿਆ ਕਿ ਡਿਜੀ ਲੋਕਰ ਭਾਰਤ ਸਰਕਾਰ ਦੀ ਇੱਕ ਡਿਜੀਟਲ ਪਹਿਲ ਕਦਮੀ ਪਾਸਪੋਰਟ ਸੇਵਾ ਪ੍ਰੋਜੈਕਟ ਵੱਲੋਂ ਤੇ ਇਸ ਦੇ ਨਾਲ ਇੱਕ ਹੀ ਕਰਤਾ ਇਹ ਨਾਗਰਿਕਾਂ ਨੂੰ ਕਾਗਜ਼ ਰਹਿਤ ਮੂਡ ਚ ਡਿਜੀ ਲੋਕਰ ਹੀ ਪਾਸਪੋਰਟ ਸੇਵਾਵਾਂ ਲਈ ਲੋੜਿੰਦੇ ਮੁਖ ਤੇ ਵੱਖ-ਵੱਖ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਯੋਗ ਬਣਾਉਂਦਾ ਇਸ ਲਈ ਬਿਨੇਕਾਰਾਂ ਨੂੰ ਅਸਲ ਦਸਤਾਵੇਜ਼ ਹੱਥ ਨਾਲ ਚੁੱਕਣ ਦੀ ਲੋੜ ਨਹੀਂ ਡਿਜੀਟਲ ਇੰਡੀਆ ਦੇ ਆਦੀਨ ਡਿਜੀ ਲੋਕਰ ਦੀ ਇੱਕ ਪ੍ਰਮੁੱਖ ਪਹਿਲ ਕਦਮੀ ਆ ਇਸ ਪ੍ਰਮੁੱਖ ਪ੍ਰੋਗਰਾਮ ਜਿਸ ਦਾ ਉਦੇਸ਼ ਭਾਰਤ ਨੂੰ ਇੱਕ ਡਿਜੀਟਲ ਰੂਪ ਤੋਂ ਸ਼ਕਤ ਸਮਾਜ ਅਤੇ ਗਿਆਨ ਅਰਥ ਵਿਵਸਥਾ ਨੂੰ ਬਦਲਣਾ ਹੈ ਕੈਨੇਡਾ ਪਹੁੰਚਣ ਤੋਂ ਮਹੀਨੇ ਬਾਅਦ ਹੀ ਨੌਜਵਾਨ ਲੜਕੀ ਨੇ ਕੀਤੀ ਖੁਦਕੁਸ਼ੀ ਸਿਰਫ ਇੱਕ ਮਹੀਨਾ ਪਹਿਲਾਂ ਕੈਨੇਡਾ ਚ ਪੜ੍ਹਾਈ ਲਈ ਆਈ ਨੌਜਵਾਨ ਲੜਕੀ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਬੇਹੱਦ ਹੀ ਮੰਦਭਾਗੀ ਖਬਰ ਆਈ ਹੈ ਖੁਸ਼ਨੀਤ ਕੌਰ ਉਮਰ ਸਿਰਫ 20 ਸਾਲ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਆਈ ਸੀ ਹਾਲਾਤਾਂ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਕਹਿਣ ਦੀ ਬਜਾਏ ਖੁਸ਼ਨੀਤ ਨੇ ਮੌਤ ਨੂੰ ਗਲੇ ਲਾ ਲਿਆ ਖੁਸ਼ਨੀਤ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਸੀ ਤੇ ਬ੍ਰੈਪੈਂਟਨ ਤੋਂ ਰਹਿ ਰਹੀ ਸੀ ਕਮੇਨਸ ਆਫ ਮੋਰਚੇ ਨੇ ਪ੍ਰਦਰਸ਼ਨਕਾਰੀਆਂ ਤੇ ਚੰਡੀਗੜ੍ਹ ਪੁਲਿਸ ਦੇ ਵਿਚਾਲੇ ਝੜਪ ਸੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਝੜਪ ਹੋ ਗਈ ਸੋ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ लाठी चार्ज ਕੀਤਾ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਰਿਹائش ਵੱਲ ਜਾਣਾ ਚਾਹੁੰਦੇ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਪੁਲਿਸ ਨਾਲ ਝੜਪ ਹੋ ਗਈ ਜੇਲ੍ਹ ਤੋਂ ਰਿਹਾਈ ਹੋਣ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੂੰ ਵੱਡਾ ਝਟਕਾ ਸੋ ਪਟਿਆਲਾ ਜੇਲ੍ਹ 1988 ਦੇ ਰੋਡ ਰੇਜ ਕੇਸ 'ਚ ਸਜ਼ਾ ਕੱਟ ਰੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਰਿਹਾਈ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਸਿੱਧੂ ਦੀ ਪਟਿਆਲਾ ਸਥਿਤ ਰਹਿائش ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਪਟਿਆਲਾ ਸਥਿਤ ਸਿੱਧੂ ਦੇ ਘਰ ਤੋਂ ਚਾਰ ਮੁਲਾਜ਼ਮ ਤਾਇਨਾਤ ਸਨ ਸੁਰੱਖਿਆ ਬੀਤੀ ਰਾਤ ਤੱਕ ਮੌਜੂਦ ਸੀ ਪਰ ਅੱਜ ਸੁਰੱਖਿਆ ਗਾਰਡ ਨੂੰ ਵਾਪਸ ਬੁਲਾ ਲਿਆ ਗਿਆ ਇਸ ਬਾਰੇ ਨਾ ਤਾਂ ਕੋਈ ਲਿਖਤੀ ਹੁਕਮ ਆਇਆ ਤੇ ਨਾ ਹੀ ਕੋਈ ਅਧਿਕਾਰਤ ਬਿਆਨ ਪਰ ਸਿੱਧੂ ਦੇ ਪਰਿਵਾਰ ਦੇ ਮੈਂਬਰਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਕੈਨੇਡਾ ਦੇ ਵਿੱਚ ਬੁੱਝਿਆ ਇੱਕ ਹੋਰ ਪੰਜਾਬੀ ਪਰਿਵਾਰ ਦਾ ਚਿਰਾਗ ਸੁ ਵੱਡੀ ਖਬਰ ਹੈ ਜੀ ਮਾਨਸਾ ਦੇ ਵਾਸੀ 18 ਸਾਲਾ ਗੁਰਜੋਤ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਜੀ ਪੜ੍ਹਾਈ ਕਰ ਰਿਹਾ ਗੁਰਜੋਤ ਸਿੰਘ ਖਰਬ ਹੋਣ ਕਾਰਨ ਭਾਰਤ ਦਾ ਗੇੜਾ ਲਾ ਕੇ ਅੱਜ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਗਿਆ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਐਮ ਫੈਸਲਾ ਵਿਆਹੀ ਧੀ ਵੀ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਲਈ ਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਹੁਤ ਹੀ ਐਮ ਫੈਸਲਾ ਦਿੰਦਿਆ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਗੈਰ ਸੰਵਿਧਾਨਕ ਐਲਾਨ ਦਿੱਤਾ ਜਿਸ ਦੇ ਤਹਿਤ ਵਿਆਹੀ ਧੀ ਨੂੰ ਤਰਸ ਦੇ ਆਧਾਰ ਤੇ ਨੌਕਰੀ ਲਈ ਅਯੋਗ ਘਰਾਰ ਦਿੱਤਾ ਗਿਆ ਸੀ ਹਾਈ ਕੋਰਟ ਨੇ ਕਿਹਾ ਕਿ ਇੱਕ ਵਿਆਹੀ ਧੀ ਇੱਕ ਵਿਆहे ਪੁੱਤਰ ਦੇ ਬਰਾਬਰ ਹੀ ਯੋਗ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੱਡੀ ਗਿਣਤੀ ਚ ਅੱਜ ਇਹ ਪਟੀਸ਼ਨਾਂ ਪਹੁੰਚ ਰਹੀਆਂ ਸੰਜ ਤੇ ਪੰਜਾਬ ਸਰਕਾਰ ਵੱਲੋਂ ਵਿਆਹੀ ਤੀ ਨੂੰ ਆਯੋਗ ਕਰਾਰ ਦੇ ਕੇ ਅਦਾਲਤ ਵਿੱਚ ਪਹੁੰਚ ਕਰਨੀ ਪਈ ਸੀ ਹਾਈ ਕੋਰਟ ਨੇ ਇਹਨਾਂ ਪਟੀਸ਼ਨਾਂ ਤੇ ਇਕੱਠੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਤੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਪਟੀਸ਼ਨਾਂ ਤੇ ਆਪਣਾ ਫੈਸਲਾ ਸੁਣਾਇਆ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣੀ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਵਿਆਹੀ ਤੀ ਆਪਣੇ ਪਿਤਾ ਦੇ ਨਿਰਪਰ ਨਹੀਂ ਇਸ ਲਈ ਉਹ ਤਰਸ ਦੇ ਆਧਾਰ ਤੇ ਨਿਯੁਕਤੀ ਲਈ ਯੋਗ ਨਹੀਂ ਪੰਜਾਬ ਸਰਕਾਰ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਹਾਈ ਕੋਰਟ ਨੇ ਕਿਹਾ ਜੇਕਰ ਵਿਅਵਤਾ ਪੁੱਤਰ ਪਰਿਵਾਰ ਤੋਂ ਵੱਖ ਹੋ ਕੇ ਆਪਣੀ ਪਤਨੀ ਨਾਲ ਰਹਿਦਾ ਤੋ ਕਿਵੇਂ ਯੋਗ ਹੋ ਸਕਦਾ ਹੈ ਜਦੋਂ ਤੀ ਆਪਣੇ ਪਤੀ ਨਾਲ ਰਹਿੰਦੀ ਆ ਤਾਂ ਉਹ ਆਯੋਗ ਕਿਵੇਂ ਹੋ ਸਕਦੀ ਹੈ ਪੀਐਮ ਕਿਸਾਨਾਂ ਦੇ ਲਾਹੇਪਾਤਰੀਆਂ ਲਈ ਬੁਰੀ ਖਬਰ ਖੇਤੀਬਾੜੀ ਮੰਤਰੀ ਨਰਿੰਦਰ ਤੂਮਰ ਨੇ ਕੀਤਾ ਝਟਕਾ ਦੇਣ ਵਾਲਾ ਅਜੀਹਾ ਲਾਨ ਤੁਸੀਂ ਸੁਣ ਕੇ ਹੋ ਜਾਵੋਗੇ ਹੈਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਨੂ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੂਮਰ ਨੇ ਜਾਣਕਾਰੀ ਦਿੱਤੀ ਆ 13ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ 2000 ਰੁਪਏ ਦੀ ਕਿਸ਼ਤ ਆਉਣ ਵਾਲੀ ਹੈ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਸਕੀਮ 2019 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਸੋ ਸੰਸਦ ਨੂੰ ਜਾਣਕਾਰੀ ਦੰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਤੂਮਰ ਨੇ ਦੱਸਿਆ ਕਿ ਫਿਲਹਾਲ ਪੀਐਮ ਫਾਰਮਰ ਦੀ ਮਾਤਰਾ ਵਧਾਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਇਸ ਸਬੰਧੀ ਖੇਤੀਬਾੜੀ ਮੰਤਰੀ ਨੇ ਲੋਕ ਸਭਾ ਨੂੰ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਸਹਾਇਤਾ ਰਾਸ਼ੀ ਵਧਾਉਣ ਦੀ ਕੋਈ ਤਜਵੀਜ਼ ਨਹੀਂ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਤੀ ਜਨਵਰੀ ਤੱਕ ਕਿਸਾਨਾਂ ਨੂੰ 2.24 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਕੀਤੀ ਜਾਰੀ ਜਾ ਚੁੱਕੀ ਹੈ ਚੰਗੀ ਖਬਰਾਂ ਹੁਣ ਸੜਕਾਂ ਦੇ ਕੀਮਤੀ ਜਾਨਾਂ ਬਚਾਉਣ ਲਈ ਸਰਕਾਰ ਨੇ ਚੁੱਕਿਆ ਸ਼ਲਾੰਘਾਯੋਗ ਕਦਮ ਸੜਕ ਹਾਦਸਿਆਂ ਤੋਂ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਬਹੁਤ ਹੀ ਸ਼੍ਰੀ ਲੰਗਾ ਜੋਗ ਕਦਮ ਚੁੱਕਿਆ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਆਪਣੇ ਵਾਨਾਂ ਵਿੱਚ ਫਸਟ ਏਡ ਕਿੱਟਾਂ ਰੱਖਣ ਲਈ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਸਬੰਧ ਵਿੱਚ ਸੂਬੇ ਦੇ ਸਮੂਹ ਸਿਵਲ ਸਰਜਨਾ ਜ਼ਿਲ੍ਹਾ ਸਿੱਖਿਆ ਅਫਸਰਾਂ ਮੈਡੀਕਲ ਸੁਪਰੀਡੈਂਟਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਚੱਟਾ ਵਿੱਚ ਦਾ ਪੁਲਿਸ ਮੁਲਾਜ਼ਮ ਚੜਿਆ ਪਿੰਡ ਵਾਸੀਆਂ ਦੇ ਹੱਥੀਂ ਫਿਰ ਰੱਜ ਕੇ ਹੋਇਆ ਮਾਨ ਤਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਖੋ ਵਿਖੇ ਪਿੰਡ ਵਾਸੀਆਂ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਛੱਟਾ ਲਾਉਂਦੇ ਤੇ ਵੇਚਦੇ ਹੋਏ ਰੰਗੇ ਹੱਤੀ ਫੜਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਮੁਲਾਜ਼ਮ ਕਈ ਦਿਨਾਂ ਤੋਂ ਲਗਾਤਾਰ ਆਪਣੀ ਗੱਡੀ ਵਿੱਚ ਪਿੰਡ ਚੂ ਲਾ ਕੇ ਕਈ-ਕਈ ਘੰਟੇ ਬੈਠਾ ਰਹਿੰਦਾ ਸੀ ਕਈ ਨੌਜਵਾਨੇ ਸਕੂਲ ਨਸ਼ਾ ਲੈ ਕੇ ਜਾਂਦੇ ਸਨ ਉਸ ਮੁਲਾਜ਼ਮ ਨੇ ਨਸ਼ੇ ਦੇ ਸਪਲਾਈਅਰ ਦੇ ਵਿੱਚ ਨਾਂ ਨਿਸ਼ਰ ਕੀਤਾ ਹੈ ਉਸ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ ਕਰਕੇ ਉਕਤ ਸਪਲਾਈਅਰ ਤੇ ਮੁਲਾਜ਼ਮ ਖਿਲਾਫ ਕਾਰਵਾਈ ਕਰਵਾਉਣ ਦੀ ਮੰਗ ਰੱਖੀ ਗਈ ਹੈ ਚਿੱਟਾ ਲਾਉਣ ਵਾਲੇ ਉਕਤ ਪੁਲਿਸ ਮੁਲਾਜ਼ਮ ਦੀ شناخت ਰਣਜੀਤ ਸਿੰਘ ਵਾਸੀ ਜੌਂਦਵਜੋ ਹੋਈ ਹੈ ਜੋ ਪੁਲਿਸ ਲਾਈਨ ਬਠਿੰਡਾ ਦੇ ਵਿੱਚ ਤਾਇਨਾਤ ਹੈ। ਉਕਤ ਪੁਲਿਸ ਮੁਲਾਜ਼ਮ ਦੀ ਗੱਡੀ ਵਿੱਚੋਂ ਦੋ ਹੱਥ ਕੜੀਆਂ ਇੱਕ ਲਾਲ ਬੱਤੀ ਤੋਂ ਇਲਾਵਾ ਕਈ ਸਰੀੰਜਾਂ ਮਿਲੀਆਂ ਨੇ ਜਿਸਕਰ ਜੋ ਹੈ ਕਿ ਉਕਤ ਮੁਲਾਜ਼ਮ ਕੁਝ ਮਹੀਨੇ ਪਹਿਲਾਂ ਕੋਰਟ ਦੇ ਹੁਕਮਾਂ ਤੇ ਬਹਾਲ ਹੋਇਆ ਸੀ ਫੜੇ ਗਏ ਪੁਲਿਸ ਮੁਲਾਜ਼ਮ ਨੇ ਆਪਣਾ ਨਾਮ ਤੇ ਪਤਾ ਦੱਸਿਆ ਕਿ ਉਹ ਚਿੱਟੇ ਦਾ ਟੀਕਾ ਜ਼ਰੂਰ ਲਾਉਂਦਾ ਪਰ ਵੇਚਦਾ ਨਹੀਂ। ਉਸਨੇ ਕਿਹਾ ਕਿ ਉਹ ਮੰਡੀ ਕਲਾ ਦੇ ਕਾਲਾ ਸਿੰਘ ਨਾਮ ਦੇ ਬੰਦੇ ਤੋਂ 500 ਰੁਪਏ ਵਿੱਚ ਚਿੱਟਾ ਲੈ ਕੇ ਆਇਆ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਮੰਗਾਈ ਤੇ RBI ਦਾ ਫਿਰ ਝਟਕਾ ਰੈਪੋਰਟ ਚ ਕੀਤਾ ਇੱਕ ਹੋਰ ਵਾਅਦਾ ਲੋਨ ਦੀ ਵਧੇਗੀ EMI। RBI ਨੇ ਆਪਣੀ ਨਵੀਂ ਮੁਦਰਾ ਨੀਤੀ ਦਾ ਐਲਾਨ ਕਰ ਦਿੱਤਾ ਹੈ। MPC ਨੇ ਆਪਣੀ ਮੀਟਿੰਗ 'ਚ ਇੱਕ ਵਾਰ ਫਿਰ ਆਪਣੀਆਂ ਦਰਾਂ ਵਧਾਉਣ ਦਾ ਵਾਅਦਾ ਕੀਤਾ ਰੈਪੋਰਟ 'ਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ। ਗਿਆ ਹੈ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਂਸ ਨੇ ਅੱਜ ਵੱਧੀਆਂ ਦਰਾਂ ਦਾ ਐਲਾਨ ਕੀਤਾ ਹੈ ਭਾਰਤ ਦੀ ਪਰਚੂਨ ਮੰਗਾਈ ਦਸੰਬਰ 2022 ਚੁੱਕਾਟ ਕੇ 5.72 ਹੈਗੀ ਸਿਫਾਰਸ਼ੇ ਵੀ ਆਰਬੀਆਈ ਨੇ ਲੋੜਿੰਦੇ ਪੱਧਰ ਤੋਂ ਉੱਪਰ ਹੈ ਸਰਕਾਰੀ ਅੰਕੜੇ ਦੱਸ ਦਿੰਦੇ ਨੇ ਕਿ ਤਾਜ਼ਾ ਅੰਕੜੇ ਪਿਛਲੇ ਮਹੀਨੇ ਦੇ ਮੁਕਾਬਲੇ ਪਰਚੂਨ ਮੰਗਾਈ ਦੇ ਵਿੱਚ ਮਾਮੂਲੀ ਗਰਾਵਟ ਨੂੰ ਹੋਰ ਸੰਜਮ ਨੂੰ ਦਰਸਾਉਂਦੇ ਹਨ 157 ਕਿੱਲੇ ਦਾ مالک ਨਿਕਲਿਆ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਚੰਡੀਗੜ੍ਹ ਟਰਾਈ ਸਿਟੀ ਦੇ ਨਾਲ-ਨਾਲ ਹਿਮਾਚਲ ਚੂਹੇ ਕਮਰਸ਼ੀਅਲ ਜਾਇਦਾਦ ਸੱਤਾ ਜੁਰੰਦ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਚੁਗ੍ਰਫਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਰਾਤ ਨੂੰ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ ਧਰਮਸੋਤ ਦੀਆਂ ਚਾਰ ਰਹਿਸ਼ੀ ਜਾਇਦਾਦਾਂ ਪ੍ਰਾਈਮ ਲੋਕੇਸ਼ਨ ਤੇ ਪਲਾਟ 157 ਕਿੱਲੇ ਖੇਤੀਬਾੜੀ ਜ਼ਮੀਨ ਤੇ ਬੇਇਨਾਮੀ ਜਾਇਦਾਤ ਤੇ ਆਈਜੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਜਾਂਚ ਸੋ ਵੱਡੀ ਖਬਰ ਹੈ ਖਬਰ ਮਹਾਲੀ ਤੋਂ ਜਿੱਥੇ ਫਾਰਮੇਸੀ ਕਾਉਂਸਲ ਆਫ ਇੰਡੀਆ ਦੀ ਤਾਜ਼ਾ ਹੁਕਮਾਂ ਕਾਰਨ ਦੇਸ਼ ਦੇ 4000 ਕਾਲਜਾਂ ਦੀ ਉੱਡੀ ਨੀਂਦ ਫਾਰਮੇਸੀ ਕਾਉਂਸਲ ਆਫ ਇੰਡੀਆ ਨੇ ਨਵੀਂ ਦਿੱਲੀ ਵੱਲੋਂ ਪ੍ਰੋਫੈਸ਼ਨਲ ਰੈਗੂਲੇਟਰੀ ਚਾਰਜ ਨੂੰ 5 ਗੁਣਾ ਵਧਾ ਕਰਨ ਤੇ ਇੱਕ ਕਾਲਜ ਤੋਂ ਇੱਕ ਪ੍ਰਤੀਕਾਲਜ ਇੱਕ ਤੋਂ 5 ਕਰੋੜ ਸਿਕਿਉਰਿਟੀ ਮੰਗਣ ਕਾਰਨ ਦੇਸ਼ ਦੇ 4000 ਫਾਰਮੇਸੀ ਕਾਲਜ ਪ੍ਰਬੰਧਕਾਂ ਦੀ ਨੀਂਦ ਉੱਡ ਗਈ ਹੈ ਡਾਕਟਰ ਅਨਸ਼ੂ ਗਟਾਰੀਆ ਨੇ ਕਿਹਾ ਕਿ ਇੱਕ ਸਾਲ ਫਾਰਮੇਸੀ ਕਾਉਂਸਲ ਆਫ ਇੰਡੀਆ ਨੇ ਹਰੇਕ ਫਾਰਮੇਸੀ ਕਾਲਜ ਨੂੰ 1 ਤੋਂ 5 ਕਰੋੜ ਰੁਪਏ ਦੀ ਸਿਕਿਉਰਿਟੀ ਜਮ੍ਹਾਂ ਕਰਵਾਉਣ ਦੇ ਹੁਕਮ ਚਾੜੇ ਹਨ ਜੋ ਬਹੁਤ ਹੀ ਹੈਰਾਨੀਜਨਕ ਹਨ 30 ਸਾਲਾਂ ਤੋਂ ਬਾਅਦ ਖਾਲੀ ਕਰਵਾਇਆ ਜਾਵੇਗਾ ਪੰਜਾਬ ਦੇ ਸਾਬਕਾ ਸੀਐਮ ਸਵਰਗੀ ਬੀਨਤ ਸਿੰਘ ਦਾ ਚੰਡੀਗੜ੍ਹ ਸਥਿਤ ਸਰਕਾਰੀ ਘਰ ਸੋ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨਤ ਸਿੰਘ ਦੀ ਚੰਡੀਗੜ੍ਹ ਸੈਕਟਰ 5 ਦੇ ਵਿੱਚ ਸਥਿਤ ਸਰਕਾਰੀ ਰਹਿਸ਼ ਨੂੰ 30 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਖਾਲੀ ਕਰਵਾਇਆ ਜਾਵੇਗਾ ਰਿਪੋਰਟ ਅਨੁਸਾਰ ਬੀਨਤ ਸਿੰਘ 1992 ਤੋਂ 95 ਤੱਕ ਮੁੱਖ ਮੰਤਰੀ ਰਹਿਣੇ ਇਸ ਤੋਂ ਪਹਿਲਾਂ ਜਦੋਂ ਕੋਠੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ ਤਾਂ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਤੇਜ ਪ੍ਰਕਾਸ਼ ਨੇ ਐਸ ਡੀ ਐਮ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਨੁਸਾਰ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ ਤੇ ਤੇਜ ਪ੍ਰਕਾਸ਼ ਸਿੰਘ ਦੇ ਨਾਂ ਤੇ ਨੋਟਿਸ ਜਾਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਪਹਿਲਾਂ ਵੀ ਉਹਨਾਂ ਦੀ ਸਰਕਾਰੀ ਰਹਿائش ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਈ ਸਿਆਸੀ ਦਬਾਅ ਦੇ ਕਾਰਨ ਜਿਹਾ ਨਹੀਂ ਹੋ ਸਕਿਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਵਿਜੀਲੈਂਸ ਨੇ ਪੰਚਾਇਤ 77 ਨੂੰ ਕੀਤਾ ਗ੍ਰਿਫਤਾਰ ਵਿਜੀਲੈਂਸ ਬਿਊਰੋ ਦੇ ਵੱਲੋਂ ਅੱਜ ਤਰਨਤਾਰਨ ਤੋਂ ਪੰਚਾਇਤ ਵਿਭਾਗ ਦੇ ਇੱਕ ਪੰਚਾਇਤ 77 ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਪੰਚਾਇਤ 77 ਹਰਦਿਆਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਨਿਸ਼ਹਰਾ ਪੰਨਵਾ ਬਲਾਕ ਦੇ ਵਿੱਚ ਤਾਇਨਾਤ ਸੀ ਪੰਚਾਇਤ 77 ਨੇ ਪੱਟੀ ਦੇ ਸਮੇਤ ਦੋ ਦਰਜਨਾ ਤੋਂ ਬਧੇਰੇ ਪੰਚਾਇਤਾਂ ਦਾ ਚਾਰਜ ਸੀ ਪੰਜਾਬ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਬਿਆਦਬੀ ਬੀਤੀ ਰਾਤ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਫਕਰਸਰ 'ਚ ਦੋ ਸ਼ੱਕੀ ਵਿਅਕਤੀਆਂ ਵੱਲੋਂ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਔਰ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਚੱਪਲਾ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਵਾਲੀ ਥਾਂ ਤੇ ਰੁਮਾਲਾ ਗੋਲਕਾਂ ਤੇ ਹੋਰ ਸਮਾਨ ਨਾਲ ਛੇੜਛਾੜ ਕੀਤੀ ਜਦੋਂ ਗਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨ ਦੇ ਲਈ ਪੂਜਾ ਤਾਂ ਮੁੱਖ ਗੇੜ ਦਾ ਤਾਲਾ ਟੁੱਟਾ ਸੀ ਸਮਾਨ ਖਿਲਰਿਆ ਹੋਇਆ ਸੀ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੇ ਸਰੂਪ ਬਰਾਜਮਾਨ ਸਨ ਉੱਥੇ ਪਈ ਗੋਲਕ ਨੂੰ ਤਾਲਾ ਲੱਗਾ ਸੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਮਾਮਲੇ ਦੀ ਜਾਂਚ ਪੁਲਿਸ ਨੇ ਕਰ ਦਿੱਤੀ ਹੈ ਪਿੰਡ ਦੇ ਨੌਜਵਾਨ ਸੁਖਬੀਰ ਨੇ ਦੱਸਿਆ ਕਿ ਉਕਤ ਵਿਅਕਤੀ ਬੇਦਬੀ ਦੀ ਘਟਨਾ ਨੂੰ ਅੰਜਾਮ ਦੇਣ ਆਇਆ ਸੀ ਟੋਲ ਪਲਾઝા ਤੇ ਨਹੀਂ ਹੋਵੇਗੀ ਫਾਸਟ ਟੈਗ ਦੀ ਲੋਡ ਸਰਕਾਰ ਨੇ ਲਿਆ ਵੱਡਾ ਫੈਸਲਾ ਸੋ ਜੇਕਰ ਤੁਸੀਂ ਵੀ ਹਾਈਵੇ ਤੇ ਗੱਡੀ ਚਲਾਉਂਦੇ ਹੋ ਤਾਂ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਜੀ ਹੁਣ ਟੋਲ ਪਲਾਜ਼ਾਂ ਦਾ ਟੈਕਸ ਦੀ ਲੋੜ ਨਹੀਂ ਹੈ ਸਰਕਾਰ ਨੇ ਜਲਦੀ ਹੀ ਤੁਹਾਨੂੰ ਫਾਸਟ ਟੈਗ ਦੀ ਥਾਂ ਤੇ ਜੀਪੀਐਸ ਅਧਾਰਤ ਟੋਲ ਸਿਸਟਮ ਦੀ ਸਹੂਲਤ ਮਿਲੇਗੀ ਜਿਸ ਤੋਂ ਬਾਅਦ ਟੋਲ ਪਲਾਜ਼ੇ ਦੀ ਭੂਮਿਕਾ ਨਿਰਪਰ ਕਰੇਗੀ ਤੇ ਖਤਮ ਪੂਰੀ ਤਰ੍ਹਾਂ ਹੋ ਜਾਵੇਗੀ ਤਸੱਲੀ ਬਖਸ਼ ਕਾਰਨ ਨਾ ਦੱਸਣ ਕਰਕੇ ਭਾਰਤ ਜਾਣ ਤੇ ਰੋਕ ਦਿੱਤੇ ਗਏ 190 ਪਾਕਿਸਤਾਨੀ Hindu ਇਮੀਗ੍ਰੇਸ਼ਨ ਅਧਿਕਾਰੀਆਂ ਦੇ ਟੁਕਮਾਂ ਜਵਾਬ ਨਹੀਂ ਦੇ ਸਕੇ ਕਿ ਉਹ ਭਾਰਤ ਕਿਉਂ ਜਾਣਾ ਚਾਹੁੰਦੇ ਨੇ ਸਥਾਨਕ ਮੀਡੀਆ ਦੀ ਖਬਰ ਅਨੁਸਾਰ ਤਾਬਕ ਸਿੰਧ ਦੇ ਕਈ ਇਸਿਆਂ ਤੋਂ ਬੱਚਿਆਂ ਤੇ ਔਰਤਾ ਸਮੇਤ ਵੱਖ-ਵੱਖ ਹਿੰਦੂ ਪਰਿਵਾਰ ਮੰਗਲਵਾਰ ਨੂੰ ਵਾਗਾ ਸਰਹੱਦ ਤੇ ਪਹੁੰਚੂਨਾਂ ਕੋਲੇ ਵੀਜ਼ਾ ਸੀ ਤੀਰਥ ਯਾਤਰਾ ਲਈ ਭਾਰਤ ਜਾਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਰੋਕ ਦਿੱਤਾ ਗਿਆ ਇਸ ਸਮੇਂ ਵੱਡੀ ਗਿਣਤੀ ਜੋ ਪਾਕਿਸਤਾਨੀ ਹਿੰਦੂ ਰਾਜਸਥਾਨ ਦਿੱਲੀ ਵਿੱਚ ਖਾਨਾ ਬਦੂਸ਼ਾਂ ਵਾਂਗ ਰਹਿ ਰਹੇ ਹਨ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੇਨ ਇਨਸਾਫ ਮੋਰਚੀ ਰਵਾਨਾ ਹੋਏ ਮੂਸੇਵਾਲਾ ਦੇ ਮਾਤਾ ਪਿਤਾ ਆਖੀ ਵੱਡੀ ਗੱਲ ਬੰਦੀ ਸਿੰਘਾਂ ਦੀ ਰਹਾਈ ਲਈ ਮੁਹਾਲੀ ਦੇ ਵਿੱਚ ਲੱਗੇ ਕੌਮੇ ਇਨਸਾਫ ਮੋਰਚੇ ਚੋਂ ਪਿੰਡ ਮੂਸਾ ਤੱਕ ਜਥਾ ਰਵਾਨਾ ਹੋਇਆ ਜਿਸ ਦੀ ਅਗਵਾਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਤੇ ਪਿੰਡ ਮੂਸਾ ਦੀ ਸਰਪੰਚ ਚਰਨਕੌਰ ਵੱਲੋਂ ਕੀਤੀ ਗਈ ਪੰਜਾਬੀ ਕਾਮੇਡੀਅਨ ਪਾਨਾ ਪਗਵਾੜਾ ਤੇ ਸਿੱਧੂ ਦੇ ਪ੍ਰਸ਼ਾਸਕ ਵੀ ਮੌਜੂਦ ਤੇ ਦੇ ਵਿੱਚ ਸ਼ਾਮਲ ਹੋਏ ਮੂਸੇਵਾਲਾ ਦੀ ਮਾਤਾ ਨੇ ਕਿਹਾ ਹੈ ਕਿ ਮੇਰਾ ਨਿੱਜੀ ਫੈਸਲਾ ਨਹੀਂ ਸਗੋ ਫੈਸਲਾ ਸਾਡੀ ਪੰਚਾਇਤ ਦਾ ਹੈ ਸਾਨੂੰ ਵੀ ਬੰਦੀ ਸਿੰਘਾਂ ਦੀ ਰਹਾਈ ਵਿੱਚ ਆਪਣਾ ਬੰਦ ਦਾ ਯੋਗਦਾਨ ਪਾਉਣਾ ਚਾਹੀਦਾ ਹੈ ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ਤੇ ਵਿਆਹੁਤਾ ਤੇ ਉਸਦੇ ਪਤੀ ਨੇ ਲਾਇ ਬਦਸਲੂਕੀ ਤੇ ਦੋਸ਼ ਗੁਰਾਇਤ ਨੈਸ਼ਨਲ ਹਾਈਵੇ 44 ਤੇ ਜਲੰਧਰ ਤੋਂ ਲੁਧਿਆਣਾ ਵੱਲ ਜਾਣੀ ਪੰਜਾਬ ਰੋਡਵੇਜ਼ ਦੀ ਲੁਧਿਆਣਾ ਡਿਪੂ ਦੀ ਬੱਸ ਦੇ ਕੰਡਕਟਰ ਤੇ ਇੱਕ ਵਿਆਹੁਤਾ ਤੇ ਉਸਦੇ ਪਤੀ ਵੱਲੋਂ ਬਦਸਲੂਕੀ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਾਇਨੇ ਕਾਫੀ ਹੰਗਾਮਾ ਹੋਇਆ ਹਾਈਵੇ ਜਮ ਹੋ ਗਿਆ ਪੀਐਸਪੀਸੀਐਲ ਦਾ ਵੱਡਾ ਫੈਸਲਾ ਪੂਰੇ ਪੰਜਾਬ ਚ 1 ਮਾਰਚ ਤੋਂ ਲੱਗਣਗੇ ਸਮਾਰਟ ਪ੍ਰੀਪੇਡ ਮੀਟਰ ਸੋ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵੱਡਾ ਫੈਸਲਾ ਲਿਆ ਹੈ ਪੂਰੇ ਪੰਜਾਬ ਦੇ ਵਿੱਚ 1 ਮਾਰਚ ਤੋਂ ਸਰਕਾਰੀ ਦਫ਼ਤਰਾਂ ਚੋਂ ਸਮਰਾਟ ਪ੍ਰੀपेड ਮੀਟਰ ਲਾਉਣ ਸੰਬੰਧੀ ਸਰਕੂਲਰ ਜਾਰੀ ਕੀਤਾ ਗਿਆ ਪੀਐਸਪੀਸੀਐਲ ਵੱਲੋਂ ਆਪਣੇ ਸਰਕੂਲਰ ਚੁਕਿਆ ਗਿਆ ਕਿ ਫੈਸਲਾ 1 ਮਾਰਚ ਤੋਂ ਪ੍ਰਭਾਵੀ ਹੋਵੇਗਾ ਆਸਟ੍ਰੇਲੀਆ ਦੇ ਹਿੰਦੂ ਮੰਦਰਾਂ ਉੱਤੇ ਖਾਲਸਤਾਨੀ ਨਾਰਿਆਂ ਬਾਰੇ ਉੱਥੋਂ ਦੇ ਸਿੱਖ ਆਗੂਆਂ ਤੇ ਆਮ ਲੋਕ ਕੀ ਕਹਿੰਦੇ ਹਨ ਆਸਟ੍ਰੇਲੀਆ ਵਿੱਚ ਹੁਣ ਲੋਕਾਂ ਨੂੰ ਫੋਨ ਕਰਕੇ ਖਾਲਸਤਾਨ ਹਮਾਇਤੀਆਂ ਵੱਲੋਂ ਚਲਾਏ ਜਾ ਰਹੇ ਕਾਰੋਬਾਰਾਂ ਦਾ ਬਾਈਕਾਟ ਕਰਨ ਦੀ ਗੱਲ ਆਕੀ ਜਾਰੀ ਹੈ 12 ਫਰਵਰੀ ਨੂੰ ਹੋਵੇਗੀ ਪੀਯੂ ਲੁਧਿਆਣਾ ਵਿਖੇ ਪਹਿਲੀ ਸਰਕਾਰ ਕਿਸਾਨ ਮਿਲਣੀ ਮਨਪ੍ਰੀਤ ਬਾਦਲ ਦੇ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਬਠਿੰਡਾ ਦੇ ਸਿਆਸੀ ਹਾਲਾਤ ਬਦਲੇ ਬਣੇ ਦੋ ਟੜੇ ਅੰਮ੍ਰਿਤਸਰ ਵਾਸੀਆਂ ਲਈ ਖੁਸ਼ਖਬਰੀ ਆ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਬੁਨਿਆਦੀ ਸਹੂਲਤਾਂ ਸਾਫ਼ ਸੁਥਰਾ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਪੱਧਰ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਸੁੰਦਰੀ ਕਰਨ ਲਈ ਵਿਕਾਸ ਕਾਰਜਾਂ ਤੇ 16 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਪੁਲਿਸ ਵਲੰਟੀਅਰਾਂ ਵੱਲੋਂ ਅੱਜ ਹਨ ਮਿਥੇ ਸਮੇਂ ਲਈ ਖਰੜ ਪੁਲ ਬੰਦ ਕਰਨ ਦਾ ਐਲਾਨ ਕਰੋਨਾ ਪੰਜਾਬ ਪੁਲਿਸ ਵਲੰਟੀਅਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਅੱਜ ਖਰੜ ਹਾਈਵੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕਰੋਨਾ ਵਲੰਟੀਅਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵਲੰਟੀਅਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕਰੋਨਾ ਮਹਾਮਾਰੀ ਦੌਰਾਨ ਪੰਜਾਬ ਪੁਲਿਸ ਦੇ ਮੁੱਡੇ ਨਾਲ ਮੁੱਢਾ ਜੋੜ ਕੇ 2 ਸਾਲਾਂ ਤੋਂ ਮੁਫਤ ਕੰਮ ਕਰਦੇ ਆ ਰਹੇ ਹਨ ਮਰਤਕ ਦੇਹਾਂ ਦਾ ਸੰਸਕਾਰ ਦੀ ਸੇਵਾ ਕੀਤੀ ਇਸ ਤੋਂ ਇਲਾਵਾ ਇੱਕ ਮੁਲਾਜ਼ਮ ਆਂਗ ਦਿਨ ਰਾਤ ਡਿਊਟੀ ਤੇ ਤਨਾਇਤ ਹਨ ਉਹਨਾਂ ਨੇ ਦੱਸਿਆ ਕਿ ਕਰੋਨਾ ਸਮੇਂ ਪੋਜ਼ਿਟਿਵ ਵੀ ਪਾਇਆ ਗਿਆ ਫਿਰ ਵੀ ਤੰਦਰੁਸਤ ਹੋਣ ਤੋਂ ਬਾਅਦ ਆਪਣੀ ਡਿਊਟੀ ਤੇ ਤਨਾਇਤ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਰੈਗੂਲਰ ਕਰਕੇ ਸਿੱਧਾ ਭਰਤੀ ਕੀਤਾ ਜਾਵੇ ਨਿਊਜ਼ੀਲੈਂਡ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ 30 ਕਰੋੜ ਡਾਲਰ ਦੀ ਕੁਕੀਨ ਕੀਤੀ ਗਈ ਬ੍ਰਾਹਮਦ ਸਮੁੰਦਰ ਦੇ ਵਿੱਚ ਤੈਰ ਰਹੀ ਸੀ ਇਹ ਕੁਕੀਨ 1.2 ਟਨ ਦੀ ਕੁਕੀਨ ਬਰਾਮ ਦਾ ਜਿਸ ਦੇ ਲਗਭਗ 19 ਬੰਡਲ ਜ਼ਬਤ ਕੀਤੇ ਗਏ ਹਨ ਨਿਊਜ਼ੀਲੈਂਡ ਸਰਕਾਰ ਨੇ ਲਿਆ ਐਮ ਫੈਸਲਾ ਭਾਰਤੀਆਂ ਨੂੰ ਹੋਵੇਗਾ ਵੱਡਾ ਫਾਇਦਾ ਭਾਰਤ ਜੋੜੋ ਯਾਤਰਾ ਤੋਂ ਬਾਅਦ ਹੁਣ ਕਾਂਗਰਸ ਇਸ ਦਿਨ ਕਰੇਗੀ ਇੱਕ ਹੋਰ ਮੁਹਿੰਮ ਸ਼ੁਰੂ ਜੇ ਅਸੀਂ ਅਨੁਸੂਚਿਤ ਜਾਤੀਆਂ ਦੇ Hindu ਮੰਨਦੇ ਹਾਂ ਤਾਂ ਉਹਨਾਂ ਨੂੰ ਮੰਦਰਾਂ ਜਾਣ ਤੋਂ ਕਿਉਂ ਰੋਕਿਆ ਜਾਂਦਾ ਹੈ ਕਾਂਗਰਸ ਦਾ ਪ੍ਰਧਾਨ ਦੇ ਗਿਆ ਵੱਡਾ ਬਿਆਨ ਸੋ ਦੋਸਤੋ ਇਹ ਸੰਸੂਪੇ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਧੰਨਵਾਦ